ਠੰਡਾ ਪਿਆ ਕਿਸਾਨਾਂ ਦਾ ਅੰਦੋਲਨ 2.0 ਜੀ ਹਾਂ ਕਿਸਾਨਾਂ ਦਾ 2.0 ਅੰਦੋਲਨ ਠੰਡਾ ਪੈ ਗਿਆ ਏ ਦਿੱਲੀ ਦੇ ਜਿਹੜੇ ਬਾਰਡਰ ਸੀਲ ਕੀਤੇ ਗਏ ਸੀ ਪੁਲਿਸ ਦੇ ਵੱਲੋਂ ਉਹ ਖੁੱਲਣੇ ਸ਼ੁਰੂ ਹੋ ਗਏ ਨੇ ਪ੍ਰਸ਼ਾਸਨ ਦੇ ਵੱਲੋਂ ਬੈਰੀਗੇਟਿੰਗ ਹਟਾਉਣੀ ਸ਼ੁਰੂ ਕਰ ਦਿੱਤੀ ਗਈ ਹੈ ਸਰਵਿਸ ਲਾਈਨ ਤੇ ਜੋ ਸੀਮਿੰਟ ਦੀ ਕੰਧਾਂ ਬਣਾਈਆਂ ਗਈਆਂ ਸੀ ਉਹਨਾਂ ਨੂੰ ਵੀ ਤੋੜਿਆ ਜਾ ਰਿਹਾ ਹੈ ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਸਿੰਘੂ ਅਤੇ ਟਿੱਕਰੀ ਬਾਰਡਰ ਦੀਆਂ ਜਿੱਥੇ ਪ੍ਰਸ਼ਾਸਨ ਦੇ ਵੱਲੋਂ ਬੈਰੀਕੇਡਿੰਗ ਹਟਾਈ ਜਾ ਰਹੀ ਹੈ ਸਰਾਖ ਖੋਲੇ ਜਾ ਰਹੇ ਨੇ ਤਾਂ ਕਿਸਾਨੀਆਂ ਦਰਨ ਨੂੰ ਲੈ ਕੇ ਇਹ ਇੰਤਜ਼ਾਮ ਕੀਤੇ ਗਏ ਸੀ ਤਾਂ ਕਿ ਕਿਸਾਨ ਦਿੱਲੀ ਦੇ ਅੰਦਰ ਦਾਖਲ ਨਾ ਹੋ ਸਕਣ ਤਾਂ ਕਿਸਾਨਾਂ ਦਾ ਦਿੱਲੀ ਕੂਚ ਦਾ ਪ੍ਰੋਗਰਾਮ 29 ਤਰੀਕ ਤੱਕ ਮੁਲਤਵੀ ਹੋ ਚੁੱਕਾ ਹੈ ਸ਼ੰਭੂ ਖਨੋਰੀ ਬਾਰਡਰ ਤੇ ਜਾਰੀ ਰਹੇਗਾ ਧਰਨਾ ਦਿੱਲੀ ਕੂਚਵਾਲ ਜਿਹੜਾ ਪਲਾਨ ਕੀਤਾ ਗਿਆ ਸੀ ਉਹ ਹਾਲੇ ਕੈਨਸਲ ਕਰ ਦਿੱਤਾ ਗਿਆ ਹੈ ਹਾਲੇ ਹੋਲਡ ਤੇ ਕਰ ਦਿੱਤਾ ਗਿਆ ਹੈ ਤਾਂ ਅੱਜ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਕੈਂਡਲ ਮਾਰਚ ਵੀ ਕੱਢਿਆ ਜਾਵੇਗਾ ਤੇ 29 ਫਰਵਰੀ ਨੂੰ ਅਗਲੀ ਰਣਨੀਤੀ ਕੀ ਹੋਵੇਗੀ ਕਿਸਾਨਾਂ ਦੀ ਉਸ ਦਾ ਵੀ ਐਲਾਨ ਕੀਤਾ ਜਾਵੇਗਾ ਕਿਸਾਨ ਅਗੂ ਪੰਦੇਰ ਅਤੇ ਡੱਲੇਵਾਲ ਦੋਨਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਤੇ ਅੰਦੋਲਨ ਜਿਹੜਾ ਹੈ ਇਸ ਵੇਲੇ ਹਾਲੇ ਠੰਡਾ ਪਿਆ ਹੋਇਆ ਦਿਖਾਈ ਦੇ ਰਿਹਾ ਹੈ ਕਿਉਂਕਿ ਸਿੰਘੂ ਅਤੇ ਟਿੱਕਰੀ ਬਾਰਡਰ ਤੇ ਜਿਹੜੇ ਬੈਰੀਕੇਡ ਪੁਲਿਸ ਦੇ ਵੱਲੋਂ ਲਗਾਏ ਗਏ ਸੀ ਦਿੱਲੀ ਪੁਲਿਸ ਅਤੇ ਹਰਿਆਣਾ ਪੁਲਿਸ ਦੇ ਵੱਲੋਂ ਥਾਥਾ ਤੇ ਬੈਰੀਕੇਟਿੰਗ ਕੀਤੀ ਗਈ ਸੀ ਤਾਂ ਟਿੱਕਰੀ ਅਤੇ ਸਿੰਘੂ ਬਾਰਡਰ ਤੇ ਉਹ ਬੈਰੀਕੇਡ ਹਟਾ ਲਏ ਗਏ ਨੇ ਸਰਵਿਸ ਲਾਈਨ ਜਿਹੜੀਆਂ ਸੀ ਸਰਵਿਸ ਲੇਨ ਜਿਹਨੂੰ ਅਸੀਂ ਕਹਿੰਨੇ ਆ ਸਲਿੱਪ ਰੋਡ ਕਹਿ ਦਿੰਨੇ ਆ ਉਥੇ ਸਿਮਿੰਟ ਦੀਆਂ ਕੰਧਾਂ ਬਣਾ ਦਿੱਤੀਆਂ ਗਈਆਂ ਸੀ ਸਰੀਏ ਲਗਾ ਦਿੱਤੇ ਗਏ ਸੀ ਸਾਰੀਆਂ ਚੀਜ਼ਾਂ ਨੂੰ ਹੌਲੀ ਹੌਲੀ ਕਰਕੇ ਹਟਾਇਆ ਜਾ ਰਿਹਾ ਹੈ ਤਾਂ ਦੇਖੋ ਇਹ ਤਸਵੀਰਾਂ ਜੋ ਸਿੰਘੂ ਅਤੇ ਟਿੱਕਰੀ ਬਾਰਡਰ ਤੋਂ ਸਾਹਮਣੇ ਆ ਰਹੀਆਂ ਨੇ ਠੰਡਾ ਪਿਆ ਕਿਸਾਨਾਂ ਦਾ ਅੰਦੋਲਨ 2.0 ਜੀ ਹਾਂ ਕਿਸਾਨਾਂ ਦਾ 2.0 ਅੰਦੋਲਨ ਠੰਡਾ ਪੈ ਗਿਆ ਏ ਦਿੱਲੀ ਦੇ ਜਿਹੜੇ ਬਾਰਡਰ ਸੀਲ ਕੀਤੇ ਗਏ ਸੀ ਪੁਲਿਸ ਦੇ ਵੱਲੋਂ ਉਹ ਖੁੱਲਣੇ ਸ਼ੁਰੂ ਹੋ ਗਏ ਨੇ ਪ੍ਰਸ਼ਾਸਨ ਦੇ ਵੱਲੋਂ ਬੈਰੀਗੇਟਿੰਗ ਹਟਾਉਣੀ ਸ਼ੁਰੂ ਕਰ ਦਿੱਤੀ ਗਈ ਹੈ ਸਰਵਿਸ ਲਾਈਨ ਤੇ ਜੋ ਸਿਮਿੰਟ ਦੀ ਕੰਧਾਂ ਬਣਾਈਆਂ ਗਈਆਂ ਸੀ ਉਹਨਾਂ ਨੂੰ ਵੀ ਤੋੜਿਆ ਜਾ ਰਿਹਾ ਏ ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਸਿੰਘੂ ਅਤੇ ਟਿੱਕਰੀ ਬਾਰਡਰ ਦੀਆਂ ਜਿੱਥੇ ਪ੍ਰਸ਼ਾਸਨ ਦੇ ਵੱਲੋਂ ਬੈਰੀਕੇਡਿੰਗ हटਾਈ ਜਾ ਰਹੀ ਹੈ ਰਾਹ ਖੋਲੇ ਜਾ ਰਹੇ ਨੇ ਤਾਂ ਕਿਸਾਨੀਆਂ ਦੰਦਨ ਨੂੰ ਲੈ ਕੇ ਇਹ ਇੰਤਜ਼ਾਮ ਕੀਤੇ ਗਏ ਸੀ ਤਾਂ ਕਿ ਕਿਸਾਨ ਦਿੱਲੀ ਦੇ ਅੰਦਰ ਦਾਖਲ ਨਾ ਹੋ ਸਕਣ ਤਾਂ ਕਿਸਾਨਾਂ ਦਾ ਦਿੱਲੀ ਕੂਚ ਦਾ ਪ੍ਰੋਗਰਾਮ 29 ਤਰੀਕ ਤੱਕ ਮੁਲਤਵੀ ਹੋ ਚੁੱਕਾ ਹੈ ਸ਼ੰਭੂ ਖਨੋਰੀ ਬਾਰਡਰ ਤੇ ਜਾਰੀ ਰਹੇਗਾ ਧਰਨਾ ਦਿੱਲੀ ਕੂਚਵਾਲ ਜਿਹੜਾ ਪਲਾਨ ਕੀਤਾ ਗਿਆ ਸੀ ਉਹ ਹਾਲੇ ਕੈਨਸਲ ਕਰ ਦਿੱਤਾ ਗਿਆ ਏ ਹਲੇ ਹੋਲਡ ਤੇ ਕਰ ਦਿੱਤਾ ਗਿਆ ਏ ਤਾਂ ਅੱਜ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਕੈਂਡਲ ਮਾਰਚ ਵੀ ਕੱਢਿਆ ਜਾਵੇਗਾ ਤੇ 29 ਫਰਵਰੀ ਨੂੰ ਅਗਲੀ ਰਣਨੀਤੀ ਕੀ ਹੋਵੇਗੀ ਕਿਸਾਨਾਂ ਦੀ ਉਸ ਦਾ ਵੀ ਐਲਾਨ ਕੀਤਾ ਜਾਵੇਗਾ ਕਿਸਾਨ ਅਗੂ ਪੰਦੇਰ ਅਤੇ ਡੱਲੇਵਾਲ ਦੋਨਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਤੇ ਅੰਦੋਲਨ ਜਿਹੜਾ ਹੈ ਇਸ ਵੇਲੇ ਹਾਲੇ ਠੰਡਾ ਪਿਆ ਹੋਇਆ ਦਿਖਾਈ ਦੇ ਰਿਹਾ ਹੈ ਕਿਉਂਕਿ ਸਿੰਘੂ ਅਤੇ ਟਿੱਕਰੀ ਬਾਰਡਰ ਤੇ ਜਿਹੜੇ ਬੈਰੀਕੇਡ ਪੁਲਿਸ ਦੇ ਵੱਲੋਂ ਲਗਾਏ ਗਏ ਸੀ ਦਿੱਲੀ ਪੁਲਿਸ ਅਤੇ ਹਰਿਆਣਾ ਪੁਲਿਸ ਦੇ ਵੱਲੋਂ ਥਾਥਾ ਤੇ ਬੈਰੀਕੇਟਿੰਗ ਕੀਤੀ ਗਈ ਸੀ ਤਾਂ ਟਿੱਕਰੀ ਅਤੇ ਸਿੰਘੂ ਬਾਰਡਰ ਤੇ ਉਹ ਬੈਰੀਕੇਡ ਹਟਾ ਲਏ ਗਏ ਨੇ ਸਰਵਿਸ ਲਾਈਨ ਜਿਹੜੀਆਂ ਸੀ ਸਰਵਿਸ ਲੇਨ ਜਿਹਨੂੰ ਅਸੀਂ ਕਹਿੰਨੇ ਆ ਸਲਿੱਪ ਰੋਡ ਕਹਿ ਦਿੰਨੇ ਆ ਉਥੇ ਸਿਮਿੰਟ ਦੀਆਂ ਕੰਧਾਂ ਬਣਾ ਦਿੱਤੀਆਂ ਗਈਆਂ ਸੀ ਸਰੀਏ ਲਗਾ ਦਿੱਤੇ ਗਏ ਸੀ ਸਾਰੀਆਂ ਚੀਜ਼ਾਂ ਨੂੰ ਹੌਲੀ-ਹੌਲੀ ਕਰਕੇ ਹਟਾਇਆ ਜਾ ਰਿਹਾ ਹੈ ਤਾਂ ਦੇਖੋ ਇਹ ਤਸਵੀਰਾਂ ਜੋ ਸਿੰਘੂ ਅਤੇ ਟਿੱਕਰੀ ਬਾਰਡਰ ਤੋਂ ਸਾਹਮਣੇ ਆ ਰਹੀਆਂ ਨੇ